ਤੁਹਾਨੂੰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਇਸ ਵਕਤ ਮੈਂ ਪਿੰਡ ਸੰਗਰ ਤੇ ਹਾਂ ਪੰਚਾਇਤ ਪਰਮੰਡਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਅੱਜ ਤੋਂ ਕੋਈ 15-20 ਦਿਨ ਪਹਿਲੇ ਇੱਕ ਸਟੋਰੀ ਚੱਲੀ ਸੀ ਇੱਕ ਬੁੱਢੀ ਮਾਤਾ ਜੀ ਦੀ ਜਿਹੜੀ ਸਾਡੇ ਇੱਥੇ ਰਹਿੰਦੇ ਨੇ 95 ਸਾਲ ਉਹਨਾਂ ਦੀ ਉਮਰ ਹੈ ਬਹੁਤ ਹੀ ਦਇਨੀ ਸਥਿਤੀ ਸੀ ਉਹਨਾਂ ਦੀ ਬਹੁਤ ਦੁੱਖ ਨਾਲ ਆਪਣੀ ਜ਼ਿੰਦਗੀ ਵਿਅਤੀਤ ਕਰ ਰਹੇ ਸਨ ਕਿਉਂਕਿ ਘਰ ਜਿਹੜੇ ਕਮਾਉਣ ਵਾਲੇ ਸਨ ਉਹ ਸਾਰੇ ਡੈਥ ਹੋ ਚੁੱਕੇ ਦੋ ਪੁੱਤਰ ਸਨ ਔਰ ਛੋਟੇ ਛੋਟੇ ਬੱਚੇ ਰਹਿ ਗਏ ਸਨ ਉਹਨਾਂ ਦੇ ਨਾਲ ਤਾਂ ਜਿਸ ਤਰ੍ਹਾਂ ਸਟੋਰੀ ਦਾ ਪਤਾ ਲੱਗਿਆ ਅਸੀਂ ਇੱਥੇ ਪੁੱਜੇ ਤੇ ਅਸੀਂ ਦੇਖਿਆ ਕਿ ਇਹਨਾਂ ਨੂੰ ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰਤ ਹੈ ਉਹ ਹੈ ਮਕਾਨ ਦੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਇਹ ਮਕਾਨ ਇਹ ਪੁਰਾਣਾ ਮਕਾਨ ਹੈ ਜਿਹੜਾ ਇਹਨਾਂ ਦਾ ਬਣੇ ਦਾ ਪੂਰਾ ਤਰੀਕੇ ਨਾਲ ਟੁੱਟ ਚੁੱਕੇ ਦਾ ਮਕਾਨ ਹੈ ਬਰਸਾਤ ਦੀ ਪਾਣੀ ਅੰਦਰ ਆਉਂਦਾ ਰਹਿਣ ਦੀ ਬੜੀ ਦਿੱਕਤ ਹੋ ਰਹੀ ਸੀ ਫਿਰ ਉਸ ਤੋਂ ਬਾਅਦ ਸਾਡੀ ਗੱਲ ਹੋਈ ਸਾਡੇ ਜਿਹੜੇ ਗਰੁੱਪ ਦੇ ਬੰਦੇ ਨੇ ਮੈਂ ਹੈਲਪਿੰਗ ਐਂਡ ਟਰੱਸਟ ਚਿੰਕਲ ਥਾਪਾ ਜੀ ਦਾ ਜੋ ਚੇਅਰਮੈਨ ਹਨ ਕਮਲ ਸੈਣੀ ਸਾਹਿਬ ਜੋ ਮਾਨਵ ਸੇਵਾ ਸੰਸਥਾ ਦੇ ਚੇਅਰਮੈਨ ਹਨ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਕਿ ਚਲੋ ਕੁਛ ਨਹੀਂ ਤਾਂ ਇੱਕ ਕਮਰਾ ਇਹਨਾਂ ਨੂੰ ਤਿਆਰ ਕਰਕੇ ਦੇ ਦਈਏ ਤੁਸੀਂ ਦੇਖ ਸਕਦੇ ਹੋ ਅੱਜ ਇਹਨਾਂ ਦੇ ਦੋ ਕਮਰੇ ਔਰ ਇੱਕ ਕਿਚਨ ਤਿਆਰ ਹੋ ਰਿਹਾ ਇਹਦੇ ਵਿੱਚ ਅਸੀਂ ਨੇ ਇੱਕ ਕਮਰੇ ਦੀ ਸੇਵਾ ਲਈ ਦੀ ਹੈ 12x12 ਦਾ ਇੱਕ ਕਮਰਾ ਅਸੀਂ ਬਣਾ ਰਹੇ ਹਾਂ ਇਹਦੇ ਵਿੱਚ ਪੂਰਾ ਕਮਰਾ ਤਿਆਰ ਕਰਕੇ ਦੇਣਾ ਹੈ ਸੀਮੈਂਟ ਦਾ ਸਰੀਆ ਦਾ ਇੱਟ ਦੀ ਜੋ ਵੀ ਰਿਕੁਆਇਰਮੈਂਟ ਹੋਏਗੀ ਉਹ ਸਾਰੀ ਸਾਡੇ ਤਰਫੋਂ ਆਏਗੀ ਤੇ ਅੱਜ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਦਾ ਕੰਮ ਚੱਲ ਪਿਆ ਬੱਚਿਆਂ ਦੇ ਛੋਟੇ ਛੋਟੇ ਬੱਚੇ ਦੇ ਚਿਹਰੇ ਦੇ ਅੱਜ ਬੜੀ ਖੁਸ਼ੀ ਹੈ ਕਿ ਸਾਡਾ ਇੱਕ ਮਕਾਨ ਬਣ ਰਿਹਾ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਇਹਨਾਂ ਪਰਿਵਾਰ ਦੀ ਸੇਵਾ ਕਰਕੇ ਮਾਤਾ ਜੀ ਹਨ ਸਾਡੇ ਬਹੁਤ ਹੀ ਜ਼ਿਆਦਾ ਬਜ਼ੁਰਗ ਹਨ ਲੇਕਿਨ ਮੈਂ ਮਾਤਾ ਜੀ ਨੂੰ ਵੀ ਹੁਣ ਕਹਿਣਾ ਚਾਹਾਂਗਾ ਕਿ ਹੁਣ ਜਿਹੜਾ ਦੁੱਖ ਭਰੀ ਤੁਹਾਡੀ ਜਿਹੜੀ ਜ਼ਿੰਦਗੀ ਸੀ ਅੱਜ ਉਹ ਖਤਮ ਹੋ ਗਈ ਹੈ ਅੱਜ ਤੋਂ ਬਾਅਦ ਤੁਸੀਂ ਸੁਖੀ ਨਾਲ ਰਹੋਗੇ ਅੱਗੇ ਵੀ ਜੋ ਵੀ ਇਸ ਪਰਿਵਾਰ ਨੂੰ ਰਿਕੁਆਇਰ ਹੋਏਗੀ ਜੋ ਵੀ ਹੋਏਗਾ ਮੈਂ ਆਪਣੀ ਤਰਫੋਂ ਚਿੰਕਲ ਥਾਪਾ ਜੀ ਤਰਫੋਂ ਔਰ ਕੇਪੀ ਸੈਣੀ ਸਾਹਿਬ ਦੀ ਤਰਫੋਂ ਅਸੀਂ ਇਸ ਪਰਿਵਾਰ ਨੂੰ ਆਸ਼ਵਾਸਨ ਦੇ ਕੇ ਜਾਂਦੇ ਹਾਂ ਕਿ ਅੱਗੇ ਵੀ ਤੁਹਾਡਾ ਅਸੀਂ ਮਦਦ ਕਰਦੇ ਰਹਾਂਗੇ ਮੈਂ ਗਾਉਂ ਵਾਲਿਆਂ ਦਾ ਜਿਹੜੇ ਕੁਲਦੀਪ ਜੀ ਨੇ ਇੱਥੇ ਪਵਨ ਜੀ ਹਨ ਯੋਗਰਾਜ ਜੀ ਹਨ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਖੜੇ ਹੋ ਕੇ ਕੰਮ ਕਰਾ ਰਹੇ ਹਨ ਅਸੀਂ ਉਹਨਾਂ ਦਾ ਵੀ ਬੜਾ ਬੜਾ ਧੰਨਵਾਦੀ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ